Oh,
ਕੀ ਤੁਸੀਂ ਸਮਾਪਤੀ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਣੀ ਜਨਾਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਕੀਰਤਨੀ ਸਿੰਘ ਪ੍ਰੋਫੈਸਰ ਰਣਜੀਤ ਸਿੰਘ ਜੀ ਭਾਈ ਸਾਹਿਬ ਭਾਈ ਰਣਵੀਰ ਸਿੰਘ ਜੀ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਸ਼ਾਂਤ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਸਾਡੇ ਸੀਨੀਅਰ ਮੋਸਟ ਤਬਲਾਕਾਰ ਸਾਡੇ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਉਹਨਾਂ ਸਭ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਮੈਂ ਇਹਨਾਂ ਤੋਂ ਸਭ ਤੋਂ ਅਧਨਾ ਛੋਟਾ ਕਲਾਕਾਰ ਹਾਂ ਔਰ ਰਘਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਖੂਬ ਸੰਗਤ ਕੀਤੀ ਹੈ ਕੀਰਤਨ ਦੇ ਨਾਲ ਔਰ ਗੁਰਦੇਵ ਸਿੰਘ ਦਾ ਮੈਂ ਬਹੁਤ ਮਸ਼ਹੂਰ ਹਾਂ ਇਹਨੇ ਬਹੁਤ ਹੀ ਲਗਨ ਦੇ ਨਾਲ ਇਹ ਕੰਮ ਕੀਤਾ ਹੈ ਮਹਾਰਾਜ ਨੇ ਬੜੀ ਵੱਡੀ ਸੇਵਾ ਲਈ ਛੋਟੀ ਉਮਰ ਦੇ ਵਿੱਚ ਔਰ ਇਹ ਜੋ ਤੁਸੀਂ ਪੂਰਨੇ ਪਾ ਰਹੇ ਹੋ ਇਹ ਦੂਜੇ ਲੋਕਾਂ ਨੂੰ ਦੇਖ ਕੇ ਇਹਦੇ ਵੱਲੋਂ ਜੋ ਪੁਰਾਣੀ ਮਰਿਆਦਾ ਨਾ ਇਹ ਮੁੜ ਬਹਾਲ ਹੋ ਰਹੀ ਹੈ ਕਿਉਂਕਿ ਵਿੱਚ ਜੇ ਆ ਕੇ ਐਸਾ ਕੋਈ ਦੌਰ ਆਇਆ ਸੀ ਅਸੀਂ ਹਨੇਰੀ ਆਉਂਦੀ ਕਈ ਵਾਰੀ ਉਹ ਸਾਰੀ ਚੰਗੀ ਚੀਜ਼ਾਂ ਨੂੰ ਖਰਾਬ ਕਰ ਦਿੰਦੀ ਹੈ ਇਹ ਹੁਣ ਦੁਬਾਰਾ ਇਹ ਚੀਜ਼ ਇਹਨਾਂ ਕੰਟਰੀਆਂ ਤੋਂ ਸ਼ੁਰੂ ਹੋ ਗਈ ਹੈ ਔਰ ਹੌਲੀ ਹੌਲੀ ਸਾਰੇ ਵਰਲਡ ਦੇ ਵਿੱਚ ਇਹ ਚੀਜ਼ ਜਿਹੜੀ ਨਾ ਇਹ ਕਾਇਮ ਹੋ ਜਾਣੀ ਹੈ ਔਰ ਸਾਹਿਬ ਦੀ ਸਾਹਿਬੀ ਔਰ ਉਹਦੀ ਜੋ ਮਰਿਆਦਾ ਉਹ ਕਾਇਮ ਦਾ ਸਹਿਬੀ ਰਹਿੰਦੀ ਰਹਿੰਦੀ ਹੈ ਉਹਨੂੰ ਕੋਈ ਹਟਾ ਨਹੀਂ ਸਕਦਾ ਕੁਛ ਦੇਰ ਵਾਸਤੇ ਅਲੋਪ ਜ਼ਰੂਰ ਹੋ ਜਾਂਦਾ ਪਰ ਮਹਾਰਾਜ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਤੋ ਇਹ ਅਰਦਾਸ ਸਾਡੀ ਵੀ ਹੈ ਔਰ ਅਸੀਂ ਵੀ ਇਸ ਵਿੱਚ ਪੂਰਾ ਉਦਮ ਅਤੇ ਕੋਸ਼ਿਸ਼ ਕਰਾਂਗੇ ਕਿ ਇਹਨੂੰ ਬਰਕਰਾਰ ਰੱਖਿਆ ਜਾਏ ਅਤੇ ਆਪਣੇ ਆਪ ਨੂੰ ਹੋਰ ਅਪਡੇਟ ਕਰਕੇ ਹੋਰ ਤਿਆਰੀ ਕਰਕੇ ਤੁਹਾਡੇ ਸਾਹਮਣੇ ਆਈ ਆਪ ਜੀ ਸਾਡੀ ਅਰਦਾਸ ਕਰਨੀ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ